ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਨੂੰ ਅਲਟੀਮੇਟਮ ਦਿੱਤਾ ਸੀ ਕਿ 31 ਮਈ ਤੱਕ 31 ਮਈ ਦੁਪਹਿਰ 2 ਵਜੇ ਤੱਕ ਤੁਸੀਂ ਆਪਣਾ ਲੇਖਾ ਜੋਖਾ ਜੋ ਨੌਕਰੀ ਦੇਣ ਦੇ ਬਦਲੇ ਰਿਸ਼ਵਤ ਦਾ ਇਲਜ਼ਾਮ ਲਗਾਏ ਗਏ ਸੀ ਉਸ ਦੇ ਤੱਥ ਜਿਹੜੇ ਆ ਉਹ ਪੰਜਾਬ ਦੇ ਸਾਹਮਣੇ ਰੱਖ ਦਿਓ ਨਹੀਂ ਤਾਂ ਫਿਰ 31 ਮਈ ਦੁਪਹਿਰ 2 ਵਜੇ ਤੋਂ ਬਾਅਦ ਮੈਂ ਰੱਖਾਂਗਾ ਤਾਂ ਇਸ ਮੁੱਦੇ ਦੇ ਉੱਪਰ ਅੱਜ ਚਰਨਜੀਤ ਸਿੰਘ ਚੰਨੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਮੋਰਿੰਡਾ ਦੇ ਵਿੱਚ ਆਪਣੇ ਘਰ ਦੇ ਵਿੱਚ ਤਾਂ ਜਵਾਬ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤਾ ਗਿਆ ਸੀਐਮ ਚਰਨਜੀਤ ਸਿੰਘ ਚੰਨੀ ਜੋ ਸਾਬਕਾ ਨੇ ਉਹਨਾਂ ਨੇ ਕਿਹਾ ਕਿ ਜੇਕਰ ਤੁਹਾਡੇ ਦੇ ਕੋਲ ਕੋਈ ਸ਼ਿਕਾਇਤ ਆਈ ਹੈ ਮੇਰੇ ਖਿਲਾਫ ਜਾਂ ਕੋਈ ਸਬੂਤ ਹੈ ਤਾਂ ਤੁਸੀਂ ਟਵੀਟ ਦੇ ਉੱਪਰ ਅਜਹੀਆਂ ਜਿਹੜੇ ਬਿਆਨਬਾਜ਼ੀ ਨਾ ਕਰੋ ਤੁਸੀਂ ਇਸ ਦੀ ਸ਼ਿਕਾਇਤ ਕਰ ਦਰਜ ਕਰੋ ਮੇਰੇ ਖਿਲਾਫ ਜਾਂਚ ਕਰਾਓ ਤੇ ਮੈਨੂੰ ਜਿਲ੍ਹੇ ਵਿੱਚ ਬੰਦ ਕਰ ਦਿਓ ਜੇਕਰ ਤੁਹਾਡੇ ਤੋਂ ਕੋਈ ਅਜਿਹੇ ਸਬੂਤ ਆਏ ਨੇ ਸੀਐਮ ਚਰਨਜੀਤ ਸਿੰਘ ਸੀਐਮ ਭਗਵੰਤ ਮਾਨ ਦੇ ਉੱਪਰ ਚਰਨਜੀਤ ਚੰਨੀ ਨੇ ਅਜਿਹੇ ਸਵਾਲ ਖੜੇ ਕੀਤੇ ਹੈ ਕਿ ਜੇਕਰ ਤੁਹਾਡੇ ਕੋਲ ਵਾਕਈ ਕੁਝ ਆਇਆ ਮੇਰੇ ਖਿਲਾਫ ਕੋਈ ਸ਼ਿਕਾਇਤ ਆਈ ਹੈ ਤਾਂ ਉਸ ਦੀ ਕਾਰਵਾਈ ਕਰੋ ਤੁਸੀਂ ਟਵੀਟ ਦੇ ਲਗਾਤਾਰ ਟਵੀਟ ਕਰ ਰਹੇ ਹੋ ਜਦਕਿ ਇਹ ਸਹੀ ਨਹੀਂ ਹੈ ਇਸ ਤੋਂ ਇਲਾਵਾ ਉਹਨਾਂ ਨੇ ਕਈ ਮੁੱਦੇ ਉਠਾਏ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਫੇਰੀ ਜੋ ਗੁਜਰਾਤ ਹੈ ਕਰਨਾਟਕ ਦੇ ਵਿੱਚ ਹੈ ਪੱਛਮ ਬੰਗਾਲ ਦੇ ਵਿੱਚ ਹੈ ਜਾਂ ਫਿਰ ਮਮਤਾ ਬੇਨਰਜੀ ਦੇ ਨਾਲ ਮਿਲ ਮਿਲਨੀ ਹੋਈ ਹੈ ਜਾਂ ਇਸ ਤੋਂ ਇਲਾਵਾ ਮੁੰਬਈ ਦੇ ਵਿੱਚ ਗਏ ਨੇ ਤਾਂ ਜਹਾਜ਼ ਪੰਜਾਬ ਦਾ ਵਰਤਿਆ ਗਿਆ ਅਜੇ ਹੀ ਸ਼ਬਦਾਵਲੀ ਵੀ ਜਿਹੜੀ ਹੈ ਵਰਤੀ ਹੋਈ ਹੈ ਅੱਜ ਸੀਐਮ ਚਰਨਜੀਤ ਸਿੰਘ ਸੀਐਮ ਦੇ ਖਿਲਾਫ ਚਰਨਜੀਤ ਸਿੰਘ ਚੰਨੀ ਨੇ ਤਾਂ ਹੁਣ ਕੀ ਕੁਝ ਕਿਹਾ ਉਹਨਾਂ ਨੇ ਆਪਣੇ ਅਲਟੀਮੇਟਮ ਨੂੰ ਲੈ ਕੇ ਜੋ ਦਿੱਤਾ ਗਿਆ ਸੀ ਕਿ ਨੌਕਰੀਆਂ ਬਦਲੇ ਕੀ ਕੁਝ ਕੀਤਾ ਗਿਆ ਤਾਂ ਉਸ ਦਾ ਜਿਹੜਾ ਜਵਾਬ ਹੈ ਚਰਨਜੀਤ ਸਿੰਘ ਚੰਨੀ ਵੱਲੋਂ ਦਿੱਤਾ ਗਿਆ ਇੱਕ ਵਾਰ ਅਸੀਂ ਸੁਣਦੇ ਹਾਂ ਕੀ ਕਹਿ ਰਹੇ ਨੇ ਕਿ ਮੇਰੇ ਪਾਸ ਹਜ਼ਾਰ ਬੰਦਾ ਆਉਂਦਾ ਹੈ ਹਜ਼ਾਰਾਂ ਨੇ ਫੋਟੋਆਂ ਤਰਾਈਆਂ ਹੋਣਗੀਆਂ ਹਜ਼ਾਰਾਂ ਨੇ ਨੌਕਰੀਆਂ ਮੰਗੀਆਂ ਹੋਣਗੀਆਂ ਲੇਕਿਨ ਮੈਂ ਅੱਜ ਤੱਕ ਕਿਸੇ ਬਦਲੀ ਦੇ ਵਿੱਚ ਕਿਸੇ ਨੌਕਰੀ ਦੇਣ ਵਾਸਤੇ ਕਿਸੇ ਨੂੰ ਇਹ ਨਹੀਂ ਕਿਹਾ ਕਿ ਤੂੰ ਜਾ ਕੇ ਮੇਰੇ ਭਤੀਜੇ ਭਾਣਜੇ ਨੂੰ ਮਿਲ ਲੈ ਤਾਂ ਤੈਨੂੰ ਨੌਕਰੀ ਮਿਲੇਗੀ ਤੂੰ ਪੈਸਿਆਂ ਦੀ ਗੱਲ ਕਰ ਲੈ ਜੇ ਮੈਂ ਕਿਸੇ ਨੂੰ ਕਿਹਾ ਹੋਵੇ ਤਾਂ ਮੈਂ ਗੁਰੂ ਘਰ ਦਾ ਪਹਿਲਾ ਦੇਣਦਾਰ ਹੈ ਲੋਕਾਂ ਦਾ ਦੇਣਦਾਰ ਹੈ ਮੈਨੂੰ ਜਿਹੜੀ ਮਰਜ਼ੀ ਜੇਲ੍ਹ 'ਚ ਦੇਣਾ ਅੰਦਰ ਦੋ ਲੇਕਿਨ ਇਹ ਜਿਹੜੇ ਝੂਠੇ ਟਵਿੱਟੋ ਟਵਿੱਟੀ ਖੇਲਣਾ ਬੰਦ ਕਰੋ ਜੋ ਤੁਹਾਡੇ ਪਾਸ ਹੈ 31 ਤਰੀਕ ਡੀਕਣ ਦੀ ਲੋੜ ਨਹੀਂ ਹੈ ਲਿਆਓ ਅਰਥਲੇ ਇਨਵੈਸਟੀਗੇਸ਼ਨ ਏਜੰਸੀ ਨੂੰ ਦੋ ਜਿਹਨੂੰ ਦੇਣਾ ਤੁਸੀਂ ਜਿਹੜਾ ਕਿਸੇ ਨੇ ਪੈਸਾ ਦਿੱਤਾ ਲਿਆਏ ਉਹਦੇ ਮੁਤਾਬਕ ਪਰਚਾ ਦਾਇਰ ਕਰੋ ਕਿ ਮੈਂ ਸੌਂ ਖਾ ਚੁੱਕਿਆ ਕਿ ਜੀ ਮੈਂ ਕਿਸੇ ਨੂੰ ਨਹੀਂ ਕਿਹਾ ਕਿ ਜੀ ਤੂੰ ਮੇਰੇ ਭਤੀਜੇ ਨੂੰ ਮਿਲਦਾ ਮੇਰੇ ਪਰ ਤਾਂ ਇਹੀ ਅਲੀਗੇਸ਼ਨ ਹੈ ਨਾ ਕਿ ਤੂੰ ਆਪਣੇ ਭਾਣ ਮੈਂ ਮੇਰੇ ਪਾਸ ਬੰਦਾ ਆਇਆ ਮੈਂ ਕਹਿਤਾ ਕਿ ਜੀ ਮੇਰੇ ਭਾਣ ਜੀ ਨੂੰ ਮਿਲਦਾ ਉਹਦੇ ਨਾਲ ਸੌਦਾ ਕਰ ਲੈ ਜਾ ਕੇ ਇਹੀ ਅਲੀਗੇਸ਼ਨ ਲਗਾਇਆ ਨਾ ਮੈਂ ਇਸ ਗੱਲ ਦੀ ਸੌਂ ਖਾ ਚੁੱਕਿਆ ਕਿ ਮੈਂ ਕਿਸੇ ਨੂੰ ਇਹ ਗੱਲ ਨਹੀਂ ਕਹੀ ਮੇਰੇ ਪਾਸ ਇੱਕ ਨੇ ਹਜ਼ਾਰ ਆਏ ਹੋਣਗੇ ਫੋਟੋਆਂ ਹਜ਼ਾਰ ਹੋਣਗੀਆਂ ਇਸ ਗੱਲ ਦੀ ਮੈਂ ਕੋਈ ਗਾਰੰਟੀ ਨਹੀਂ ਦਿੰਦਾ ਇਹ ਗੱਲ ਮੈਂ ਉਸ ਦਿਨ ਵੀ ਕਹਿਤੀ ਸੀ ਗੁਰਦੁਆਰਾ ਸਾਹਿਬ ਵੀ ਅੱਜ ਵੀ ਰਿਪੀਟ ਕਰ ਰਿਹਾ ਲੇਕਿਨ ਮੈਂ ਇਸ ਗੱਲ ਤੇ ਖੜਾ ਹਾਂ ਕਿ ਮੈਂ ਕਿਸੇ ਨੂੰ ਭੇਜਿਆ ਨਹੀਂ ਕਿ ਤੂੰ ਪੈਸੇ ਦੇ ਉਹਨੂੰ ਇਹ ਗੱਲ ਤੇ ਮੈਂ ਅੱਜ ਵੀ ਸੱਚਾ ਤੇ ਉਦੋਂ ਵੀ ਸੱਚਾ ਸੀ ਤਾਂ ਬਿਲਕੁਲ ਭਗਵੰਤ ਮਾਨ ਵੱਲੋਂ ਦਰਸਲ ਕਿਹਾ ਕਿ ਹਿਮਾਚਲ ਦੇ ਵਿੱਚ ਧਰਮਸ਼ਾਲਾ ਦੇ ਵਿੱਚ ਜਿਹੜਾ ਗਰਾਊਂਡ ਹੈ ਉੱਥੇ ਆਈਪੀਐਲ ਦਾ ਮੁਕਾਬਲਾ ਹੋਇਆ ਸੀ ਗੁਜਰਾਤ ਤੇ ਪੰਜਾਬ ਦਾ ਤਾਂ ਪੰਜਾਬ ਦੇ ਵੱਲੋਂ ਇੱਕ ਖਿਡਾਰੀ ਜੋ ਪੰਜਾਬ ਦੇ ਨਾਲ ਹੀ ਸਬੰਧਤ ਸੀ ਕਿੰਗ 11 ਪੰਜਾਬ ਦੀ ਟੀਮ ਸੀ ਤਾਂ ਉਸ ਖਿਡਾਰੀ ਨੇ ਭਗਵੰਤ ਮਾਨ ਨੇ ਕਿਹਾ ਕਿ ਮੇਰੇ ਕੋਲ ਆਇਆ ਤੇ ਮੈਨੂੰ ਕਿਹਾ ਕਿ ਮੈਂ ਜਦੋਂ ਨੌਕਰੀ ਲੈਣ ਦੇ ਲਈ ਚਲੰਗੇ ਸਿੰਘ ਚੰਨੀ ਦੀ ਸਰਕਾਰ ਤੋਂ ਗਿਆ ਤਾਂ ਮੇਰੇ ਕੋਲ 2 ਕਰੋੜ ਰੁਪਏ ਮੰਗੇ ਗਏ ਸੀ ਤਾਂ ਇਸ ਤੋਂ ਬਾਅਦ ਭਗਵੰਤ ਮਾਨ ਨੇ ਇਹ ਮੁੱਦਾ ਉਠਾਇਆ ਸੰਗਰੂਰ ਦੇ ਵਿੱਚ ਜਦੋਂ ਉਹਨਾਂ ਨੇ ਦਿੜਬਾ ਦੇ ਵਿੱਚ ਪਹੁੰਚੇ ਹੋਏ ਸੀ ਤਾਂ ਉਸ ਤੋਂ ਬਾਅਦ ਭਗਵੰਤ ਮਾਨ ਨੇ ਜੇ ਕਿਹਾ ਸੀ ਟਵੀਟ ਵੀ ਕੀਤਾ ਤੇ ਨਾਲ ਦੀ ਨਾਲ ਇੱਕ ਬਿਆਨ ਹੋਰ ਜਾਰੀ ਕੀਤਾ ਸੀ ਕਿ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਖੁਲਾਸੇ ਕਰਾਂਗਾ ਤੇ ਉਸ ਤੋਂ ਬਾਅਦ ਅੱਜ ਯਾਨੀ ਕਿ ਅੱਜ ਸਵੇਰੇ ਤਕਰੀਬਨ ਦੁਪਹਿਰ 2 ਵਜੇ ਦੇ ਕਰੀਬ ਅੱਜ ਭਗਵੰਤ ਮਾਨ ਵੱਲੋਂ ਟਵੀਟ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੇ ਕੋਲ 31 ਮਈ ਦੁਪਹਿਰ 2 ਵਜੇ ਤੱਕ ਦਾ ਸਮਾਂ ਹੈ ਉਹ ਆਪਣਾ ਭਾਂਜਾ ਦੇ ਜੋ ਭਤੀਜੇ ਭਾਂਜਿਆਂ ਦੇ ਰਾਹੀਂ ਪੈਸੇ ਵਸੂਲ ਕਰਦੇ ਸੀ ਉਸ ਦੀ ਜਾਣਕਾਰੀ ਸਾਰੀ ਜਨਤਾ 'ਕੀਤੀ ਜਾਵੇ ਨਹੀਂ ਤਾਂ ਫਿਰ ਮੈਂ 31 ਮਈ ਦੁਪਹਿਰ 2 ਵਜੇ ਤੋਂ ਬਾਅਦ ਆਪ ਖੁਦ ਆ ਕੇ ਪੰਜਾਬ ਦੇ ਜਨਤਾ ਦੇ ਹਵਾਲੇ ਕਰ ਦਵਾਂਗਾ ਤਾਂ ਹੁਣ ਇਸ ਵਿਚਾਲੇ ਚਰਨ ਸਿੰਘ ਜੰਨੀ ਦਾ ਵੀ ਬਿਆਨ ਤੁਸੀਂ ਸੁਣਿਆ ਕੀ ਕਿਹਾ ਉਹਨਾਂ ਨੇ ਉਹਨਾਂ ਨੇ ਸਾਫ਼ ਹੀ ਕਹਿ ਦਿੱਤਾ ਕਿ ਜੇਕਰ ਤੁਹਾਡੇ ਤੇ ਕੋਈ ਅਜੀਹੀ ਸ਼ਿਕਾਇਤ ਆਈ ਹੈ ਜਾਂ ਕੋਈ ਸਬੂਤ ਹੈ ਉਸ ਨੂੰ ਜਨਤਕ ਕਰੋ ਤਾਂ ਹੁਣ ਇਸ ਦੇ ਉੱਪਰ ਕੀ ਰਿਐਕਸ਼ਨ ਆਂਦਾ ਸੀ ਐਮ ਭਗਵੰਤ ਮਾਨ ਦਾ ਉਹ ਵੀ ਦੇਖਣ ਨੂੰ ਅਹਿਮ ਹੋਵੇਗਾ